ਅਸੀਂ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹ ਬਲਾਕ ਕਮੇਟੀ ਨਾਲ ਆ। ਮੈਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧਗਾਈ, ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਅਹੁਦੇਦਾਰਾਂ ਨੂੰ, ਪ੍ਰਧਾਨਾਂ ਨੂੰ, ਬਲਾਕ ਆਗੂਆਂ ਨੂੰ ਅਤੇ ਜ਼ਿਲ੍ਹਾ ਟੀਮ ਨੂੰ ਇਹ ਬੇਨਤੀ ਕਰਦਾ ਕਿ ਜਿਹੜੀ ਸਰਕਾਰ ਇੱਕ ਨੀਤੀ ਲੈ ਕੇ ਆਈ ਆ ਵੀ ਸੁਸਾਇਟੀਆਂ ਨੂੰ 80% ਅਤੇ ਲੋਕਲ ਜਿਹੜੇ ਡੀਲਰ ਨੇ ਉਹਨਾਂ ਨੂੰ 20% ਜਿਹੜੀ DAP ਖਾਦ ਦੇਣੀ ਆ, ਉਹਦੇ ਵਿੱਚ ਵੱਡੀ ਮੁਸ਼ਕਲ ਸਾਡੀ ਕਿਸਾਨਾਂ ਦੀ ਇਹ ਆ ਵੀ ਜਿਹੜੇ ਵੱਡੇ ਪੱਧਰ 'ਤੇ ਕਿਸਾਨ ਨੇ ਉਹ ਸੁਸਾਇਟੀਆਂ ਦੇ ਮੈਂਬਰ ਨਹੀਂ, ਅਤੇ ਜਦੋਂ ਮੈਂਬਰ ਨਹੀਂ ਗਏ ਉਹਨਾਂ ਨੂੰ ਖਾਦ ਨਹੀਂ ਮਿਲਣੀ। ਅਤੇ ਜਿਹੜੇ ਖਾਸ ਕਰਕੇ ਚਾਰ ਜਿਹੜੇ ਬਾਰਡਰ 'ਤੇ ਲੱਗਦੇ ਨੇ, ਜਿਨ੍ਹਾਂ ਕੋਲ ਜ਼ਮੀਨਾਂ ਕੱਚੀਆਂ ਨੇ, ਜੰਗਲਾਤ ਦੀਆਂ ਨੇ, ਅਲਾਟਮੈਂਟ ਨੇ, ਉਹ ਕਿਸਾਨ ਮੈਂਬਰ ਸੁਸਾਇਟੀ ਦੇ ਬਣ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਜ਼ਮੀਨ ਮਾਲਕ ਹੀ ਹੈ ਨਹੀਂ, ਉਹ ਮੈਂਬਰ ਨਹੀਂ ਬਣ ਸਕਦੇ। ਨਵਾਂ ਮੈਂਬਰ ਜਿਹੜਾ ਉਹ ਕਾਫੀ ਸਮੇਂ ਤੋਂ ਇਹਨਾਂ ਬੰਦ ਕੀਤਾ, ਨਵਾਂ ਮੈਂਬਰ ਸੁਸਾਇਟੀ ਦਾ ਬਣਾਉਂਦੇ ਨਹੀਂ। ਜਿਹੜੀ 80% ਦੇਣ ਡਿਆ ਨੇ ਖਾਦ, ਉਹ ਪਿਛਲੀ ਖਾਦ ਦੇ ਮੁਕਾਬਲੇ ਆਉਂਦੇ ਵੀ ਉਸ ਸੁਸਾਇਟੀ ਦਾ ਕੋਟਾ ਪੂਰਾ ਹੋ ਗਿਆ। ਸਾਡੀ ਇਹ ਬੇਨਤੀ ਸਰਕਾਰ ਨੂੰ ਵੀ ਜਾਂ ਤਾਂ ਇਹਨੂੰ ਪ੍ਰਾਈਵੇਟ ਡੀਲਰਾਂ ਨੂੰ ਦੇ ਦਿਓ ਇਹਦਾ 50%, ਜਾਂ ਫਿਰ ਜਿਹੜੇ ਸੁਸਾਇਟੀ ਨੂੰ ਸਾਡੀ ਲੋ 80% ਦੇ ਦਿਓ, ਭਾਵੇਂ 100% ਦੇ ਦਿਓ, ਉਹ ਜਿਹੜਾ ਸੁਸਾਇਟੀ ਅਤੇ ਕਿਸਾਨ ਜਾਵੇ ਤਾਂ ਪੈਸੇ ਦੇ ਕੇ DAP ਜਿਹੜੀ ਉਹ ਲੈ ਆਵੇ। ਇਹਨਾਂ ਦੋਵਾਂ 'ਚੋਂ ਕੰਮ ਕਰਨ ਨੂੰ ਸਰਕਾਰ ਜਿਹੜੀ ਤਿਆਰ ਨਹੀਂ। ਆਪਾਂ ਜਿਹੜਾ ਬਲਾਕ ਕਮੇਟੀ ਨਾਲ ਆ ਲਓ, ਅਜਨਾਲਾ ਤੋਂ ਰਮਦਾਸ ਰੋਡ ਜਿਹੜਾ ਸਵੇਰ ਦਾ ਜਾਮ ਕੀਤਾ, ਵਾਰ ਵਾਰ ਤਹਿਸੀਲਦਾਰ ਨਾਲ ਗੱਲ ਹੋਈ ਆ, ਇਹਨਾਂ ਨਾਲ ਖੇਤੀਬਾੜੀ ਵਾਲਿਆਂ ਨਾਲ ਹੋਈ ਆ, ਸੁਸਾਇਟੀਆਂ ਵਾਲਿਆਂ ਨਾਲ ਹੋਈ ਆ। ਉਹ ਆਉਂਦੇ ਨੇ ਵੀ ਅਸੀਂ ਬਿਨਾਂ ਜਿਹੜਾ ਮੈਂਬਰ ਆ ਉਹਦੇ ਤੋਂ ਖਾਦ ਨਹੀਂ ਦੇ ਸਕਦੇ, ਅਤੇ ਇਹਦਾ ਕੋਈ ਵੀ ਹੱਲ ਜਿਹੜਾ ਨਹੀਂ ਨਿਕਲਿਆ। ਇਹ ਸਾਰੇ ਮਸਲੇ ਨੂੰ ਲੈ ਕੇ ਆਪਾਂ ਵਿਚਾਰ ਕਰਕੇ ਫੈਸਲਾ ਕੀਤਾ ਵੀ ਸਵੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਪਠਾਨਕੋਟ ਰੋਡ ਆ, ਉਹ ਜਿਹੜਾ ਕੱਥੂ ਨੰਗਲ ਟੋਲ ਪਲਾਜ਼ਾ, ਉਹ ਵੀ ਜਾਮ ਕਰਾਂਗੇ। ਇੱਧਰੋਂ ਅਟਾਰੀ ਰੋਡ ਦੇ ਉੱਤੇ ਜਿਹੜਾ ਛਿੱਡਣ ਟੋਲ ਪਲਾਜ਼ਾ ਆ, ਉਹ ਵੀ ਇਹ ਦੋਵੇਂ ਟੋਲ ਪਲਾਜ਼ੇ 12 ਵਜੇ ਜਿਹੜੇ ਨੇ ਇਹ ਸੜਕਾਂ ਜਿਹੜੀਆਂ ਜਾਮ ਕੀਤੀਆਂ ਜਾਣਗੀਆਂ। ਇੱਥੇ ਜਿੱਥੇ ਸਾਡਾ ਧਰਨਾ ਚੱਲਦਾ ਇੱਥੇ ਸਵੇਰੇ ਵੱਡਾ ਇਕੱਠ ਕੀਤਾ ਜਾਊਗਾ। ਪ੍ਰਬੰਧ ਸਾਡੇ ਨਾਲ ਇਹ ਵਾਅਦਾ ਕਰਕੇ ਗਿਆ ਵੀ ਇਹਦੇ ਨਾਲ ਸੰਬੰਧਿਤ ਸਾਰੇ ਉੱਚਿਤ ਅਧਿਕਾਰੀ ਜਿਹੜੇ ਨੇ ਸਵੇਰੇ 10:30 ਵਜੇ ਇਹ ਮਸਲੇ ਦਾ ਹੱਲ ਕਰਨ ਲਈ ਸਾਡੇ ਕੋਲ ਆਉਣਗੇ ਕਿ ਇਹ ਮਸਲਾ ਹਲਾਉਂਦਾ ਕਿ ਨਹੀਂ। ਇਹ ਸਾਡੇ ਹਿਸਾਬ ਨਾਲ ਬਹੁਤ ਵੱਡਾ ਮਸਲਾ, ਕਿਉਂਕਿ ਦਰਿਆਵਾਂ ਦੇ ਕੰਢੇ ਅਤੇ ਬਾਰਡਰ 'ਤੇ ਉਹ ਜ਼ਮੀਨਾਂ ਨੇ ਜਿਹੜੀਆਂ ਕਿਸਾਨਾਂ ਨੇ ਆਬਾਦ ਕੀਤੀਆਂ ਅਤੇ ਮਾਲਕੀ ਖਾਨੇ 'ਚ ਕਿਸਾਨਾਂ ਦੇ ਨਹੀਂ ਬੋਲਦੇ। ਇਹ ਕਰਕੇ ਜਿਹੜਾ ਜਾਂ ਇਹਦਾ ਇਹ ਕੀਤਾ ਜਾਏ ਵੀ ਮਾਲਕੀ ਤੋਂ ਬਿਨਾਂ ਵੀ ਕਿਸਾਨ ਜਿਹੜੇ ਨੇ ਉਹ ਫਰਦ ਲਵਾ ਕੇ ਖਾਦ ਜਿਹੜੀ ਸੁਸਾਇਟੀ ਤੋਂ ਲੈ ਸਕੇ। ਇਹ ਕਰਕੇ ਮਸਲੇ ਦੇ ਹੱਲ ਨੂੰ ਲੈ ਕੇ ਸਮੁੱਚੇ ਕਿਸਾਨਾਂ ਨੂੰ, ਔਰਤਾਂ ਨੂੰ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਭਾਈ ਸਵੇਰ ਦੇ ਧਰਨੇ ਜਿਹੜੇ ਪ੍ਰੋਗਰਾਮ ਦਿੱਤੇ ਆ ਉਹ 2 ਧਰਨੇ 12 ਵਜੇ ਸ਼ੁਰੂ ਹੋਣਗੇ। ਆਹ ਜਿਹੜਾ ਅਣਮ ਸਿੱਥੇ ਸਮੇਂ ਲਈ ਚੱਲ ਰਿਹਾ ਇਹਦੇ 'ਚ ਵੱਡੀ ਗਿਣਤੀ 'ਚ 3 ਥਾਵਾਂ 'ਤੇ ਜਿਹੜਾ ਪਹੁੰਚਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।